ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ। ਪ੍ਰਿੰਟ ਤੁਸੀਂ ਦੇਖ ਹੀ ਰਹੇ ਹੋ, ਇਹ ਇੰਨੇ ਸੋਹਣੇ ਪ੍ਰਿੰਟ ਆ ਤੇ ਸਾਰੇ ਬ੍ਰਾਂਡ ਦੇ ਰਹਿਣਗੇ। SK ਬ੍ਰਾਂਡ ਦੇ ਪ੍ਰਿੰਟ ਆਏ ਨੇ, ਜਿਹੜੀਆਂ ਭੈਣਾਂ ਜਾਣੀ ਕਿ ਰਾਮਟੈਕਸ ਲਾਈਕ ਕਰਦੀਆਂ ਨੇ, ਰਾਮਟੈਕਸ ਤੋਂ ਉੱਪਰ ਪ੍ਰਿੰਟ ਨੇ SK ਦੇ। ਜਿਹੜੀਆਂ ਭੈਣਾਂ ਬੁਟੀਕਸ ਦੇ, ਜਿਵੇਂ ਤੁਸੀਂ ਬੁਟੀਕ ਦੀ ਵੀਡੀਓ ਦੇਖਦੇ ਹੋ ਤੇ ਤੁਹਾਨੂੰ ਲੱਗਦਾ ਹਾਏ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਨੇ, ਅਸੀਂ ਲੈ ਲਈਏ, ਅਸੀਂ ਬਾਏ ਕਰ ਲਈਏ, ਪਰ ਉਹ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਤੇ ਉਹਨਾਂ ਦੇ, ਕਿਉਂਕਿ ਪ੍ਰਾਈਸ ਕਾਫੀ ਜ਼ਿਆਦਾ ਹਾਈ ਹੁੰਦੇ ਨੇ। ਬਟ ਆਪਾਂ ਉਹੀ ਸੇਮ ਪ੍ਰਿੰਟ SK ਬ੍ਰਾਂਡ ਦੇ ਜਿੱਥੋਂ ਮਰਜ਼ੀ ਤੁਸੀਂ ਇਹ ਵਾਲਾ ਪ੍ਰਿੰਟ, ਇਹਦੀ ਨੰਬਰਿੰਗ, ਇਹਦਾ ਸਭ ਕੁਝ ਮੈਂ ਤੁਹਾਨੂੰ ਦੱਸੂੰਗੀ, ਜਿੱਥੋਂ ਮਰਜ਼ੀ ਇਹਦਾ ਪਤਾ ਕਰ ਲਿਓ। ਜਾਣੀ ਕਿ ਇਹ ਰੇਟ ਦੇ ਵਿੱਚ ਜਿਹੜੇ 'ਚ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ, ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਸੀ ਭੈਣਾਂ ਦੀ ਕਿ ਬੁਟੀਕ ਸਟਾਈਲ ਕੁਛ ਅਲੱਗ ਜਿਹੇ ਦੇ ਪ੍ਰਿੰਟ ਲੈ ਕੇ ਆਓ, ਅਸੀਂ ਬਾਏ ਕਰਨੇ ਆ, ਅਸੀਂ ਲੈਣੇ ਆ। ਤੁਹਾਡੇ ਸੂਟ ਸਾਨੂੰ ਸੋਹਣੇ ਲੱਗਦੇ ਆ, ਤੁਹਾਡਾ ਪ੍ਰਾਈਸ ਸਾਨੂੰ ਵਧੀਆ ਲੱਗਦਾ ਵਾ, ਤਾਂ ਉਹਦੇ ਅਕੋਰਡਿੰਗ ਹੀ ਮੈਂ ਇਹ ਸੂਟ ਲੈ ਕੇ ਆਈ ਹਾਂ। ਬਹੁਤ ਸੋਹਣੇ ਪ੍ਰਿੰਟ ਲੈ ਕੇ ਆਈ ਹਾਂ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ, ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ, ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਬਹੁਤ ਹੀ ਲੇਟੈਸਟ ਨੇ, ਆਲ ਓਵਰ 5 ਮੀਟਰ ਦੇ ਪ੍ਰਿੰਟ ਇਹ ਹੈਗੇ ਨੇ ਸੂਟ, ਤੇ ਨਾਲ ਇਹਨਾਂ ਦੇ ਮਿਲੂਗੀ ਤੁਹਾਨੂੰ ਇੱਕ ਕ੍ਰਸ਼ ਕਾਟਨ ਆਪਾਂ ਲੈ ਕੇ ਆਏ ਹਾਂ, ਜਿਹਦੀ ਕਾਫੀ ਜ਼ਿਆਦਾ ਡਿਮਾਂਡ ਸੀ। ਮੈਚਿੰਗ ਦੇ ਵਿੱਚ ਕ੍ਰਸ਼ ਕਾਟਨ ਆਈ ਆਪਣੇ ਕੋਲੇ, ਤੇ SK ਦੇ ਸਾਰੇ ਬ੍ਰਾਂਡ ਦੇ ਆਪਣੇ ਕੋਲ ਪ੍ਰਿੰਟ ਆਏ ਨੇ, ਤੇ ਇਹਦੇ ਜਿਹੜਾ ਬਣਿਆ ਹੋਇਆ ਸੂਟ ਉਹਦੀ ਲੁੱਕ ਕਿੱਦਾਂ ਉਹ ਵੀ ਤੁਹਾਨੂੰ ਜਾਣੀ ਕਿ ਪਤਾ ਲੱਗ ਜੂ। ਮੇਰਾ ਸੂਟ ਖੁਦ ਦਾ ਸਟਿਚਿੰਗ ਨੂੰ ਗਿਆ ਹੋਇਆ ਵਾ, ਪਰ ਹਜੇ ਬਣ ਕੇ ਨਹੀਂ ਆਇਆ, ਤੇ ਜੇ ਮੈਂ ਇਹ ਵੀਡੀਓ ਪਾਉਣ ਨੂੰ ਲੇਟ ਹੋ ਜਾਂਦੀ ਤਾਂ ਸ਼ਾਇਦ ਇੱਥੇ ਸੇਲ ਹੋ ਜਾਂਦੇ, ਫਿਰ ਜਿਹੜੀਆਂ ਮੇਰੀਆਂ ਆਨਲਾਈਨ ਭੈਣਾਂ ਨੇ ਹਨਾ ਉਹ ਰਹਿ ਜਾਂਦੀਆਂ ਨੇ, ਜਾਂ ਇਹਨਾਂ 'ਚੋਂ ਪ੍ਰਿੰਟ ਜਾਂ ਕਲਰ ਚੁਆਇਸ ਹੋ ਜਾਂਦੀ ਹੈ, ਜਿਹੜੀਆਂ ਭੈਣਾਂ ਸ਼ੋਪ 'ਤੇ ਆ ਕੇ ਇਹਨਾਂ ਨੂੰ ਕਟਵਾ ਕੇ ਲੈ ਲੈਂਦੀਆਂ ਨੇ, ਤੇ ਤਾਂ ਕਰਕੇ ਮੈਂ ਸੋਚਿਆ ਕਿ ਛੇਤੀ ਮੈਂ ਇਹਨਾਂ ਦੀ ਵੀਡੀਓ ਪਾ ਦਾਂ, ਤਾਂ ਕਿ ਜਿਹੜੀਆਂ ਭੈਣਾਂ ਤੱਕ ਇਹ ਸੂਟ ਪਹੁੰਚ ਸਕਣ। ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮੈਂ ਜਾਣੀ ਕਿ ਸਾਰੇ ਸੂਟ ਲੈ ਕੇ ਆਈ ਹਾਂ, ਤੇ ਸਾਰੇ ਬ੍ਰਾਂਡ ਦੇ ਲੈ ਕੇ। ਕਿਸੇ ਵੀ, ਕਦੇ ਵੀ ਕਿਸੇ ਬੁਟੀਕ ਤੇ ਜਾਂਦੇ ਹੋ ਜਾਂ ਕਿਤੋਂ ਵੀ ਤੁਸੀਂ ਬਾਏ ਕਰਦੇ ਹੋ, SK ਦੇ ਪ੍ਰਿੰਟਾਂ ਦਾ ਰੇਟ ਤੁਸੀਂ ਜ਼ਰੂਰ ਪਤਾ ਕਰ ਲਿਓ। ਤੁਹਾਨੂੰ 1500 ਤੋਂ ਪਲੱਸ ਹੀ, 1500 ਤੋਂ 2000 ਦੇ ਵਿੱਚ ਵਿੱਚ ਇਹ ਪ੍ਰਿੰਟ ਮਿਲਣੇ ਆ, ਪਰ ਤੁਹਾਨੂੰ ਅਸੀਂ ਬਹੁਤ ਹੀ ਜਾਣੀ ਕਿ ਘੱਟ ਤੋਂ ਘੱਟ ਜੇ ਕੋਈ ਦਊਗਾ ਤਾਂ 1500 ਤੱਕ ਇਹ ਸੂਟ ਤੁਹਾਨੂੰ ਮਿਲੂਗਾ, ਪਰ ਮੈਂ ਬਹੁਤ ਹੀ ਘੱਟ ਤੋਂ ਘੱਟ ਜਾਣੀ ਕਿ ਤੁਹਾਡੇ ਲਈ ਲੈ ਕੇ ਆਈ ਹਾਂ। ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ, ਸਕਰੀਨਸ਼ਾਟ ਲੈ ਕੇ ਵਟਸਐਪ ਕਰ ਲਿਓ। ਜਿਵੇਂ ਕਿ ਹੁਣ ਸਾਉਣ ਦੇ ਸੰਧਾਰੇ ਆ ਰਹੇ ਨੇ, ਬਹੁਤ ਆਪਾਂ ਆਪਣੀਆਂ ਭੈਣਾਂ ਨੂੰ ਸੂਟ ਦੇਣੇ ਨੇ ਹਨਾ, ਆਪਦੇ ਘਰਾਂ ਦੀਆਂ ਕੁੜੀਆਂ ਨੂੰ ਸੂਟ ਦੇਣੇ ਨੇ, ਤੇ ਉਹਨਾਂ ਨੂੰ ਹੁੰਦਾ ਕਿ ਅਲੱਗ ਜਿਹੇ ਦਾ ਸੂਟ ਆਪਾਂ ਪਾਈਏ, ਵੀਅਰ ਕਰੀਏ। ਅੱਜ ਕੱਲ ਹਰੇਕ ਭੈਣ ਨੂੰ ਇਹੀ ਹੁੰਦਾ ਵੀ ਅਲੱਗ ਜਿਹੇ ਦਾ ਕੁਛ ਹੋਵੇ, ਸੇਮ ਜਿਹਾ ਨਾ ਹੋਵੇ ਜਿਹੜਾ ਆਮ ਆਪਣੇ ਮਾਰਕੀਟ 'ਚ ਚੱਲ ਹੀ ਰਿਹਾ ਵਾ। ਇਸ ਲਈ ਆਪਾਂ ਜਿਹੜੇ ਅੱਜ ਪ੍ਰਿੰਟ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਅਲੱਗ ਜਿਹੇ ਲੈ ਕੇ ਆਏ ਹਾਂ, ਇਹਨਾਂ ਨਾਲ ਜੇ ਤੁਸੀਂ ਦੁਪੱਟੇ ਵੀ ਰੈਡੀ ਕਰਵਾਉਣੇ ਹੋਏ ਨਾ, ਇੱਕ ਸੂਟ ਨਾਲ ਦੁਪੱਟਾ ਰੈਡੀ ਹੋਇਆ ਵਾ, ਤੇ ਉਹ ਵੀ ਮੈਂ ਤੁਹਾਨੂੰ ਸ਼ੋਅ ਕਰੂੰਗੀ, ਤੁਸੀਂ ਦੇਖ ਸਕਦੇ ਹੋ। ਉਦਾਂ ਜੇ ਦੁਪੱਟੇ ਵੀ ਰੈਡੀ ਕਰਵਾਉਣੇ ਹੋਏ, ਪੂਰਾ ਪ੍ਰੋਪਰ ਸੂਟ ਰੈਡੀ ਹੋ ਕੇ ਤੁਹਾਡੇ ਤੱਕ ਪਹੁੰਚੂਗਾ। ਬਸ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ, ਵੀਡੀਓ ਨੂੰ ਸਕਿੱਪ ਨਾ ਕਰਿਓ, ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਇੰਨਾ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ, ਤਾਂ ਛੋਟੇ ਜਿਹੇ ਕੰਮ ਤੋਂ ਮੈਂ ਅੱਜ ਇੰਨਾ ਵਧੀਆ ਜਾਣੀ ਕਿ ਬ੍ਰਾਂਡ ਲੈ ਕੇ ਆਈ ਹਾਂ ਹਨਾ ਤੁਹਾਡੇ ਲਈ। ਇਹ ਸਾਰਾ ਤੁਹਾਡਾ ਹੀ ਪਿਆਰ ਆ ਜੀ, ਤਾਂ ਹੀ ਆਪਾਂ ਇੱਥੇ ਤੱਕ ਪਹੁੰਚ ਰਹੇ ਹਾਂ। ਇਸ ਲਈ ਇਸੇ ਤਰ੍ਹਾਂ ਆਪਣੀ ਸਪੋਰਟ ਕਰਦੇ ਰਹੋ, ਤੇ ਇੰਨੇ ਸੋਹਣੇ ਸੋਹਣੇ ਪ੍ਰਿੰਟ ਤਾਂ ਕਿ ਤੁਹਾਡੇ ਇੰਨੀ ਰੀਜ਼ਨੇਬਲ ਪ੍ਰਾਈਸ 'ਚ ਮੈਂ ਤੁਹਾਡੇ ਤੱਕ ਲੈ ਕੇ ਆਉਂਦੀ ਰਹਾਂ। ਲਓ ਜੀ, ਪਹਿਲਾ ਪ੍ਰਿੰਟ ਚੈੱਕ ਕਰੋ, ਇਹ ਹੈਗਾ ਅੱਜ ਦੇ ਵੀਡੀਓ ਦਾ ਪਹਿਲਾ ਪ੍ਰਿੰਟ। ਪ੍ਰਿੰਟਿੰਗ ਚੈੱਕ ਕਰ ਸਕਦੇ ਹੋ, ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਆ, ਬਹੁਤ ਸੋਹਣਾ ਜਾਣੀ ਕਿ ਕਲਰ ਆ, ਪਿੰਕ ਜਿਹਾ ਕਲਰ ਦੇ ਉੱਪਰ ਆ ਇਹ ਸਾਰੀ ਪ੍ਰਿੰਟਿੰਗ ਹੋਈ ਹੋਈ।
ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲਈ ਚੱਲਿਓ ਤੇ WhatsApp ਕਰੀ ਚੱਲਿਓ ਤੇ ਆਰਾਮ ਦੇ ਨਾਲ ਮੈਂ ਸਾਰੇ ਪ੍ਰਿੰਟ ਦਿਖਾਉਂਗੀ ਤੁਹਾਨੂੰ। ਦੇਖੋ ਇਹ ਪਿੰਕ ਕਲਰ ਦੇ ਉੱਪਰ ਆਲ ਓਵਰ 5 ਮੀਟਰ ਦੀ ਇਹਦੀ ਕੱਟ ਮਿਲੂਗੀ, ਕੱਟ ਦੀ ਕੋਈ ਵੀ ਉਹ ਨਹੀਂ ਹੋਊਗੀ ਵੀ ਕੱਟ ਤੁਹਾਨੂੰ ਘੱਟ ਮਿਲੂਗੀ ਤੇ ਸਾਰੇ ਬ੍ਰਾਂਡ ਦੀ ਟੈਗਿੰਗ ਮਿਲੂਗੀ। ਮੈਂ ਤੁਹਾਨੂੰ ਫੇਰ ਕਹਿ ਰਹੀ ਹਾਂ ਕਿ SK ਬ੍ਰਾਂਡ ਦੇ ਰੇਟ ਪਤਾ ਕਰ ਲਿਓ, ਉਸ ਤੋਂ ਬਾਅਦ ਤੁਸੀਂ ਮੇਰੇ ਕੋਲੋਂ ਇਹ ਵਾਲੇ ਪ੍ਰਿੰਟ ਚੱਕ ਲਿਓ। ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਪ੍ਰਿੰਟ ਨੇ, ਇਹਦੇ ਵਿੱਚ ਤੁਹਾਨੂੰ ਮੇਰੇ ਕੋਲ ਮਿਲਣਗੇ ਜੀ 3 ਕਲਰ। ਜਿਹੜੇ ਅੱਜ ਦੇ ਪ੍ਰਿੰਟ ਇਹਦੇ ਵਿੱਚ ਇੱਕ ਪ੍ਰਿੰਟ ਹੈਗਾ ਰਸ਼ੀਆ ਦਾ, ਪੂਰਾ ਟੌਪ ਕਲਾਸ ਦਾ ਪ੍ਰਿੰਟ ਆ ਇਹ, ਤੇ ਬਾਕੀ ਸਾਰੇ ਪ੍ਰਿੰਟ ਹੈਗੇ SK ਦੇ। ਜਿਹੜੀ ਆਪਾਂ ਕਰਾਸ਼ ਲੈ ਕੇ ਆਏ ਹਾਂ ਉਹ ਵੀ ਸਾਰੀ SK ਦੀ ਲੈ ਕੇ ਆਏ ਹਾਂ। ਦੇਖੋ ਆਹ ਹੈਗਾ ਫਰੋਜ਼ੀ ਕਲਰ ਦਾ, ਇੱਕ ਵੀ ਪ੍ਰਿੰਟ ਛੱਡਣ ਵਾਲਾ ਨਹੀਂ। ਜਾਣੀ ਕਿ ਤੁਸੀਂ ਬੁਟੀਕਾਂ ਦੀਆਂ ਵੀਡੀਓ ਦੇਖਦੇ ਹੋ ਤੇ ਇੰਨੇ ਸੋਹਣੇ ਸੋਹਣੇ ਉਹ ਪ੍ਰਿੰਟ ਵੀ ਸੋਚਦੇ ਹੋ ਕਿੱਥੋਂ ਲੈ ਕੇ ਆਉਂਦੀਆਂ ਨੇ, ਲੈ ਕੇ ਤਾਂ ਉਹ ਮਾਰਕੀਟ 'ਚੋਂ ਹੀ ਆਉਂਦੀਆਂ ਨੇ ਪਰ ਉਹਨਾਂ ਦੇ ਪ੍ਰਾਈਸ ਥੋੜ੍ਹੇ ਜਿਹੇ ਹਾਈ ਹੁੰਦੇ ਨੇ ਕਿਉਂਕਿ ਉਹ ਬਹੁਤ ਚੁਣ ਕੇ ਬਹੁਤ ਮਿਹਨਤ ਦੇ ਨਾਲ ਇਹ ਸਾਰੇ ਜਾਣੀ ਕਿ ਆਪਦੇ ਪ੍ਰਿੰਟ ਉਹ ਲੈ ਕੇ ਆਉਂਦੀਆਂ ਜਿਹੜੀਆਂ ਆਮ ਮਾਰਕੀਟ ਦੇ ਵਿੱਚ ਨਹੀਂ ਮਿਲਦੇ। ਪਰ ਦੇਖੋ ਇਹ ਇੰਨੇ ਸੋਹਣੇ ਸੋਹਣੇ ਪ੍ਰਿੰਟ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਰਫ 1250 ਦੇ ਵਿੱਚ, ਸਿਰਫ 1250 ਦੇ ਵਿੱਚ ਆਲ ਓਵਰ 5 ਮੀਟਰ ਦਾ ਸੂਟ। ਰੇਟ ਜਿੱਥੇ ਮਰਜ਼ੀ ਟਰਾਈ ਕਰਕੇ ਉਸ ਤੋਂ ਬਾਅਦ ਤੁਸੀਂ ਆਪਣੇ ਕੋਲ ਆਰਡਰ ਕਰ ਸਕਦੇ ਹੋ ਕਿਉਂਕਿ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਅਸੀਂ ਆਏ ਹਾਂ। ਇਹਦੇ ਵਿੱਚ ਅਗਲਾ ਕਲਰ ਤੁਹਾਨੂੰ ਮਿਲੂਗਾ ਜੀ ਲਵੈਂਡਰ ਸ਼ੇਡ। ਦੇਖੋ ਤੁਹਾਡੇ ਸਾਹਮਣੇ ਸਾਰੇ ਪ੍ਰਿੰਟ ਖੁੱਲ ਰਹੇ ਨੇ, ਜਿਹੜੇ 1-2 ਦਾਣ ਖੁੱਲ ਚੁੱਕੇ ਨੇ, ਜਿਹੜੀਆਂ ਭੈਣਾਂ ਇੱਥੇ ਆ ਕੇ ਲੈ ਚੁੱਕੀਆਂ ਨੇ ਉਹਨਾਂ ਨੂੰ ਪਤਾ ਵੀ ਇਹ ਕੀ ਚੀਜ਼ ਨੇ ਕਿਵੇਂ, ਕਿਉਂਕਿ ਫੀਲ ਸਿਰਫ ਮੈਂ ਕਰ ਸਕਦੀ ਹਾਂ, ਕੱਪੜੇ ਨੂੰ ਤੁਸੀਂ ਨਹੀਂ ਕਰ ਸਕਦੇ। ਪਰ ਮੈਂ ਤੁਹਾਨੂੰ ਬਕਾਇਦਾ ਬ੍ਰਾਂਡ ਦੱਸ ਰਹੀ ਹਾਂ ਵੀ ਕਿਹੜੇ ਬ੍ਰਾਂਡ ਦੇ ਮੈਂ ਤੁਹਾਨੂੰ ਦੇ ਰਹੀ ਹਾਂ ਫੈਬਰਿਕ ਅੱਜ ਦੇ, ਤੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਦੇ ਰਹੀ ਹਾਂ। ਕਿਹੜਾ ਮੈਂ ਫੈਬਰਿਕ ਦੇ ਰਹੀ ਹਾਂ ਉਹ ਵੀ ਤੁਹਾਨੂੰ ਦੱਸ ਰਹੀ ਹਾਂ, ਤਾਂ ਹੀ ਮੈਂ ਕਹਿੰਦੀ ਹਾਂ ਕਿ ਰੇਟ ਜਿੱਥੇ ਮਰਜ਼ੀ ਟਰਾਈ ਕਰ ਲਿਓ, ਉਦੋਂ ਬਾਅਦ ਆਪਣੇ ਕੋਲੋਂ ਆਰਡਰ ਕਰ ਲਿਓ। ਪਰ ਜਿਹੜੀਆਂ ਭੈਣਾਂ ਬੁਟੀਕਾਂ ਦੇ ਸੂਟ ਪਾਉਣ ਦੀਆਂ ਸ਼ੌਕੀਨਾਂ ਨੇ ਵੀ ਉਹਨਾਂ ਵਾਲੇ ਪ੍ਰਿੰਟ ਹੀ ਅਸੀਂ ਪਾਉਣੇ ਨੇ ਜਿਹੜੇ ਉਹ ਸੇਲ ਕਰਦੇ ਨੇ, ਤੇ ਪ੍ਰਾਈਸ ਵੀ ਉਹ ਕਹਿੰਦੀਆਂ ਸਾਨੂੰ ਜ਼ਿਆਦਾ ਨਾ ਹੋਵੇ, ਰੀਜ਼ਨੇਬਲ ਪ੍ਰਾਈਸ 'ਚ ਸੂਟ ਮਿਲ ਜਾਵੇ ਤਾਂ ਤੁਸੀਂ ਆਹ ਵਾਲੇ ਪ੍ਰਿੰਟ ਛੱਡਿਓ ਨਾ। ਬਹੁਤ ਸੋਹਣੀ ਕਲੈਕਸ਼ਨ ਆ, ਬਹੁਤ ਲਿਮਿਟਡ ਜਿਹਾ ਮੈਂ ਸਟਾਕ ਲਿਆਈ ਹਾਂ ਤਾਂ ਲੈ ਕੇ ਆਈ ਹਾਂ ਵੀ ਜਿੱਦਾਂ ਵੀ ਤੁਸੀਂ ਮੈਨੂੰ ਪਿਆਰ ਦਿਓਗੇ ਤਾਂ ਆਪਾਂ ਹੋਰ ਵੱਧ ਤੋਂ ਵੱਧ ਸਟਾਕ ਲੈ ਕੇ ਆਵਾਂਗੇ। ਆ ਲਓ ਜੀ ਇਹ ਹੈਗਾ ਲਵੈਂਡਰ ਸ਼ੇਡ, ਇਹ 3 ਸ਼ੇਡ ਨੇ, ਇਹਦੇ ਵਿੱਚ ਤਿੰਨੇ ਦੇ ਤਿੰਨੇ ਹੀ ਕਲਰ ਪੂਰੇ ਬੈਸਟ ਨੇ। ਜਿਹੜਾ ਮਰਜ਼ੀ ਕਲਰ ਲੈ ਲਿਓ, ਪਿੰਕ ਆ, ਫਰੋਜ਼ੀ ਆ ਤੇ ਲਵੈਂਡਰ ਆ, ਤਿੰਨੇ ਹੀ ਕਲਰ ਪੂਰੇ ਬੈਸਟ ਨੇ, ਜਿਹੜਾ ਮਰਜ਼ੀ ਕਲਰ ਤੁਸੀਂ ਚੱਕ ਸਕਦੇ ਹੋ। ਲਓ ਜੀ ਇਹ ਹੈਗੀ SK ਦੀ, ਦੇਖੋ SK ਦੀ ਲਾ ਬਰਬਰਾ ਕਾਟਨ ਆ, ਇਹ ਇੰਨੀ ਸੋਹਣੀ ਇੰਨੀ ਸੌਫਟ, ਇਹਦੇ ਨਾਲ ਦਾ ਸੇਮ ਮਹਿਰੂਨ ਕਲਰ ਦਾ ਸੂਟ ਮੇਰੇ ਪਾਇਆ ਹੁੰਦਾ, ਜਿਹਨੂੰ ਦੇਖ ਕੇ ਤੁਸੀਂ ਕਮੈਂਟ ਕਰਦੇ ਹੁੰਦੇ ਹੋ ਦੀਦੀ ਤੁਸੀਂ ਆਹ ਵਾਲਾ ਸੂਟ ਸਾਡੇ ਲਈ ਲਓ, ਲਿਆ ਕੇ ਸਾਨੂੰ ਸੇਮ ਇਹਦੇ ਨਾਲ ਦਾ ਪ੍ਰਿੰਟ, ਇਹ ਸੇਮ ਉਹਦੇ ਨਾਲ ਦਾ ਪ੍ਰਿੰਟ ਆਇਆ ਵਾ, ਬਿਲਕੁਲ ਸੇਮ ਡਿਟੋ, ਮੈਂ ਸਪੈਸ਼ਲੀ ਮੰਗਵਾਇਆ ਜਾਣੀ ਕਿ ਅਸੀਂ ਉਹਨਾਂ ਨੂੰ ਫੋਟੋ ਭੇਜ ਕੇ, ਸਾਰੀ ਪ੍ਰਿੰਟਿੰਗ ਹੋਈ ਹੋਈ ਹੈ SK ਦੀ, ਡੰਡਿਆਂ ਉੱਪਰ ਵੀ SK ਸਾਰੇ ਕਿਤੇ, ਜਦਕਿ ਮੈਂ ਤੁਹਾਨੂੰ ਪੂਰਾ ਨੋਟ ਡਾਊਨ ਕਰਵਾ ਰਹੀ ਹਾਂ। ਕਿਸੇ ਨੇ ਤੁਹਾਨੂੰ ਫੈਬਰਿਕ ਨਹੀਂ ਦੱਸਣਾ ਅਸੀਂ ਕਿਹੜਾ ਫੈਬਰਿਕ ਸੇਲ ਕਰ ਰਹੇ ਹਾਂ, ਕਿਸੇ ਨੇ ਇਹਦਾ ਨੰਬਰ ਨਹੀਂ ਦੱਸਣਾ ਕਿ ਅਸੀਂ ਕਿਹੜਾ ਨੰਬਰ ਸੇਲ ਕਰ ਰਹੇ ਹਾਂ, ਪਰ ਮੈਂ ਤੁਹਾਨੂੰ ਸਭ ਕੁਝ ਦੱਸ ਕੇ ਸੇਲ ਕਰ ਰਹੀ ਹਾਂ ਵੀ ਤੁਸੀਂ ਜਿੱਥੇ ਮਰਜ਼ੀ ਇਹਦਾ ਟਰਾਈ ਕਰ ਲਿਓ ਵੀ ਆਹ ਵਾਲਾ ਨੰਬਰ ਦਾ ਸਾਨੂੰ ਸੂਟ ਦੇ ਦਿਓ। ਉਹ ਕਿੰਨੇ ਦਾ ਮਾਰਕੀਟ 'ਚ ਮਿਲਦਾ ਤੁਹਾਨੂੰ ਆਪੇ ਪਤਾ ਲੱਗ ਜੂਗਾ, ਵੈਸੇ ਤਾਂ ਇਹ ਪ੍ਰਿੰਟ ਮਾਰਕੀਟ 'ਚ ਮਿਲਣੇ ਨਹੀਂ, ਇਹ ਬੁਟੀਕਾਂ ਦੇ ਕੋਲੇ ਹੀ ਆਉਂਦੇ ਨੇ, ਬਹੁਤ ਸੋਹਣੇ ਪ੍ਰਿੰਟ ਨੇ। ਦੇਖੋ ਇਹ ਹੈਗਾ ਬੋਟਲ ਗ੍ਰੀਨ ਕਲਰ ਦਾ,
ਲਓ ਜੀ, ਬਹੁਤ ਸੋਹਣਾ ਪ੍ਰਿੰਟ ਆ ਵੀ, ਬੋਟਲ ਗ੍ਰੀਨ ਕਲਰ ਦੇ ਉੱਪਰ ਆ, ਦੇਖੋ ਕਿੰਨਾ ਖਿਲਕ, ਇੰਨੀਆਂ ਜਾਣੀ ਕਿ ਇਹ ਦਿਲ ਨੂੰ ਤਾਂ ਹੀ ਖਿੱਚਦੇ ਨੇ ਕਿਉਂਕਿ ਜਦੋਂ ਇਹ ਖਿਲਦੇ ਨੇ ਨਾ, ਖੁੱਲਦੇ ਨੇ ਸੂਟ, ਬਹੁਤ ਸੋਹਣੇ ਲੱਗਦੇ ਨੇ, ਪਾਏ ਹੋਏ ਤਾਂ ਇਦੋਂ ਵੀ ਜ਼ਿਆਦਾ ਸੋਹਣੇ ਲੱਗਣਗੇ, ਜਿੰਨੇ ਹੁਣ ਇਹ ਥਾਨਾਂ ਦੇ ਵਿੱਚ ਲੱਗ ਰਹੇ ਨੇ, ਇਦੋਂ ਦੁੱਗਣੇ ਹੋ ਜਾਂਦੇ ਨੇ ਜਦੋਂ ਆਪਾਂ ਇਹਨਾਂ ਨੂੰ ਵਧੀਆ ਲੈਸਿਸ ਵਗੈਰਾ ਦੇ ਨਾਲ ਵਧੀਆ ਨਾਲ ਦੁਪੱਟੇ ਡਾਈ ਹੋ ਕੇ ਲੱਗਦੇ ਨੇ ਤਾਂ ਬਹੁਤ ਸੋਹਣੇ ਲੱਗਦੇ ਨੇ। ਜਾਣੀ ਕਿ ਜੇ ਕਿਸੇ ਨੇ ਵਧੀਆ ਸਟੱਫ ਪਾਉਣਾ ਤੇ ਵਧੀਆ ਕਾਟਨ ਤੁਸੀਂ ਕਹਿੰਦੇ ਹੋ ਵੀ ਸਾਨੂੰ ਵਧੀਆ ਹੋਵੇ, ਛੇਤੀ ਖਰਾਬ ਜੀ ਨਾ ਹੋ ਜਾਵੇ, ਵਧੀਆ ਹੰਢਣਸਾਰ ਹੋਵੇ, ਬ੍ਰਾਂਡ ਦਾ ਅਸੀਂ ਸੂਟ ਪਾਈਏ, ਜਾਣੀ ਕਿ ਬੁਟੀਕ ਚੋਇਸ ਪਾਈਏ, ਤਾਂ ਇਹ ਪ੍ਰਿੰਟ ਤੁਹਾਡੇ ਲਈ ਸਭ ਤੋਂ ਬੈਸਟ ਨੇ। ਜਿਹੜਾ ਮਰਜ਼ੀ ਪ੍ਰਿੰਟ ਤੁਸੀਂ ਲੈ ਸਕਦੇ ਹੋ। ਇਹਦੇ ਵਿੱਚ ਵੀ ਆਪਣੇ ਕੋਲ 4 ਕਲਰ ਆਏ ਨੇ, ਆਹ ਦੇਖੋ ਕਾਟਨ ਲਾ ਬਰਬਰਾ ਕਾਟਨ ਆ ਇਹ। ਮੈਂ ਤੁਹਾਨੂੰ ਪ੍ਰਿੰਟਿੰਗ ਦੁਬਾਰਾ ਤੁਹਾਨੂੰ ਸਾਰਾ ਨੰਬਰਿੰਗ ਵਗੈਰਾ ਸਭ ਕੁਛ ਦੱਸ ਰਹੀ ਹਾਂ। 1250 ਦੇ ਵਿੱਚ ਕਿਸੇ ਨੇ ਨਹੀਂ ਦੇਣਾ ਜੀ। ਇਹ ਹੈਗਾ ਬਲੈਕ ਕਲਰ, ਜਿਹੜਾ ਆਪਾਂ ਪਹਿਲਾਂ ਖੋਲਿਆ ਸੀ ਉਹ ਸੀਗਾ ਬੋਟਲ ਗ੍ਰੀਨ ਕਲਰ। ਲਓ ਚੈੱਕ ਕਰੋ ਪ੍ਰਿੰਟ, ਇੱਕ ਕਮੈਂਟ ਜ਼ਰੂਰ ਛੱਡਿਓ ਜਦੋਂ ਇਹ ਖੁੱਲਦੇ ਨੇ, ਚਾਹੇ ਲਿਓ ਸੂਟ ਚਾਹੇ ਨਾ ਲਿਓ, ਪਰ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਆ। ਬਹੁਤ ਸੋਹਣੀ ਕਲੈਕਸ਼ਨ ਆ, ਜਾਣੀ ਕਿ ਸਭ ਤੋਂ ਹਟ ਕੇ ਮੈਂ ਕਹਿੰਦੀ ਹਾਂ ਜਿਹੜੇ 2-2, 3-3 ਹਜ਼ਾਰ ਦੇ ਸੂਟ ਵੀ ਕਾਟਨ ਦੇ ਆ ਰਹੇ ਆ, ਉਹਨਾਂ ਮੂਹਰੇ ਵੀ ਇਹ ਕੁਛ ਨਹੀਂ ਹੈਗੇ ਜੀ। ਜਾਣੀ ਕਿ ਇੰਨੇ ਸੋਹਣੇ ਇਹ ਪ੍ਰਿੰਟ ਨੇ, ਬਹੁਤ ਸੋਹਣੀ ਕਲੈਕਸ਼ਨ ਆ। ਅਗਲਾ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਬਲੂ ਕਲਰ, 4 ਕਲਰਾਂ ਦਾ ਇਹ ਸੈੱਟ ਆਪਣੇ ਕੋਲ ਜਿਹੜਾ ਆਇਆ ਵਾ, ਕਿਉਂਕਿ ਰਾਮ ਟੈਕਸ ਹਰ ਭੈਣ ਮੰਗਦੀ ਆ ਤੇ ਹਰੇਕ ਦੀ ਪਸੰਦ ਆ ਰਾਮ ਟੈਕਸ, ਪਰ ਐਸਕੇ ਨੂੰ ਸਿਰਫ ਐਸਕੇ ਦਾ, ਬੁਟੀਕਾਂ ਤੇ ਰਾਮ ਟੈਕਸ ਵੀ ਵਿਕਦੀ ਆ, ਪਰ ਐਸਕੇ ਦੇ ਪ੍ਰਿੰਟ ਇਸ ਤਰ੍ਹਾਂ ਦੇ ਰੋਲ ਤੁਸੀਂ ਦੇਖਦੇ ਹੋ ਨਾ, ਉਹ ਸਿਰਫ ਐਸਕੇ ਦੇ ਹੀ ਹੁੰਦੇ ਨੇ, ਤੇ ਰਾਮ ਟੈਕਸ ਦੇ ਸੂਟ ਆਉਂਦੇ ਨੇ ਫੱਟੀਆਂ ਦੇ ਉੱਪਰ, ਤੇ ਤਾਂ ਕਰਕੇ ਤੁਹਾਨੂੰ ਕਹਿੰਦੇ ਆ ਕਿ ਇਹ ਵਾਲੀ ਕਲੈਕਸ਼ਨ ਬਹੁਤ ਵਧੀਆ ਤੇ ਬਹੁਤ ਹੀ ਸੋਹਣੀ ਆਈ ਆ। ਆ ਲਓ ਬਲੂ ਕਲਰ, ਜਿਹੜਾ ਮਰਜ਼ੀ ਕਲਰ ਚੱਕ ਲਓ, ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਭੈਣਾਂ ਵੀ ਆਪਣੇ ਬੈਨੀਫਿਟ ਲੈ ਸਕਣ, ਇੰਨੀਆਂ ਸੋਹਣੀਆਂ ਕਲੈਕਸ਼ਨਾਂ ਉਹਨਾਂ ਤੱਕ ਵੀ ਪਹੁੰਚਦੀਆਂ ਹੋ ਸਕਣ। ਪਲੀਜ਼ ਨਾਲ ਦੀ ਨਾਲ ਆਪਣੀਆਂ ਪੇਮੈਂਟਾਂ ਕਰਕੇ ਆਰਡਰ ਦੀ ਬੁਕਿੰਗ ਡਨ ਕਰ ਲਿਆ ਕਰੋ। ਇਹ ਨਾ ਹੋਵੇ ਜਦ ਨੂੰ ਤੁਸੀਂ ਪੇਮੈਂਟ ਕਰਦੇ ਹੋ, ਜਦ ਨੂੰ ਫਿਰ ਸਾਨੂੰ ਕਹਿਣਾ ਪੈ ਜਾਂਦਾ ਜੀ ਸੂਟ ਸੋਲਡ ਆਊਟ ਹੋ ਗਿਆ। ਇਹ ਹੈਗਾ ਬਲੂ ਕਲਰ, ਅਗਲਾ ਸ਼ੇਡ ਹੈਗਾ ਇਹਦੇ ਵਿੱਚ ਪਰਪਲ ਸ਼ੇਡ। ਹਲੋ ਬੈਂਗਣੀ ਜਿਹਾ ਸ਼ੇਡ ਆ ਇਹ, ਪ੍ਰੋਪਰ ਬੈਂਗਣੀ ਕਲਰ, ਜਾਣੀ ਕਿ ਪ੍ਰਿੰਟਿੰਗ ਲਾਜਵਾਬ ਆ, ਬਹੁਤ ਹੀ ਵਧੀਆ। ਅੱਖਾਂ ਬੰਦ ਕਰਕੇ ਜੇ ਕਹੀਏ ਨਾ ਕੋਈ ਚੀਜ਼ ਲੈਣੀ ਆ ਤਾਂ ਇਹ ਚੀਜ਼ ਲਓ, ਅੱਖਾਂ ਬੰਦ ਕਰਕੇ। ਇਹਨਾਂ ਨਾਲ ਜਿਵੇਂ ਮਰਜ਼ੀ ਟਾਈ ਡਾਈ ਦੁਪੱਟਾ ਰੈਡੀ ਕਰਵਾਉਣਾ ਉਹ ਕਰਵਾ ਲਓ, ਜਿਵੇਂ ਵੀ ਇੱਕ ਸੂਟ ਨਾਲ ਰੈਡੀ ਹੋਇਆ ਵਾ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ, ਜਦੋਂ ਉਹ ਪ੍ਰਿੰਟ ਖੁੱਲੂਗਾ ਤਾਂ ਉਹਦੇ ਨਾਲ ਕਿੱਦਾਂ ਦਾ ਦੁਪੱਟਾ ਰੈਡੀ ਹੋਇਆ ਉਹ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ। ਮੇਰਾ ਸੂਟ ਬਣਿਆ ਨਹੀਂ ਕਿਉਂਕਿ ਅਸੀਂ ਭੈਣਾਂ ਦੇ ਸੂਟ ਤਾਂ ਰੈਡੀ ਕਰੀ ਜਾਂਦੇ ਹਾਂ, ਸਾਡੇ ਕੋਲ ਆਪਦੇ ਸੂਟ ਬਣਾਉਣ ਦਾ ਹੀ ਟਾਈਮ ਨਹੀਂ ਤਾਂ ਜੇ ਉਹ ਸੂਟ ਰੈਡੀ ਹੋ ਜਾਂਦਾ ਮੈਂ ਸੂਟ ਪਾ ਕੇ ਵੀਡੀਓ ਬਣਾਉਣੀ ਸੀ, ਨਾਲੇ ਤੁਹਾਨੂੰ ਉਹਦੀ ਲੁੱਕ ਦਿਖਾਉਣੀ ਸੀ, ਪਰ 2-4 ਦਿਨਾਂ ਤੱਕ ਹੋ ਜੂਗਾ ਜੀ, ਫਿਰ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਉਹ ਵੀ। ਕਿਉਂਕਿ ਕੋਈ ਵੀ ਭੈਣ ਵੇਟ ਨਹੀਂ ਕਰਦੀ। ਇਹ ਵਾਲਾ ਜਿਹੜਾ ਹੁਣ ਮੈਂ ਪ੍ਰਿੰਟ ਖੋਲਣ ਲੱਗੀ ਹਾਂ ਇਹਦੇ ਨਾਲ ਦਾ ਸੇਮ ਸੂਟ ਆ, ਆਹ ਦੇਖੋ ਆਹ ਵਾਲਾ ਸੂਟ ਆ,
ਕਿਉਂਕਿ ਮੈਂ ਫਲਾਵਰਿੰਗ ਵਗੈਰਾ ਬਹੁਤ ਵੀਅਰ ਕੀਤੀ ਹੈ। ਇਹ ਲਾਈਨਿੰਗ ਵਾਲਾ ਪ੍ਰਿੰਟ ਆਇਆ ਸੀ, ਬਹੁਤ ਸੋਹਣਾ। ਇਹ ਵੀ ਐਸ ਕੇ ਦੀ ਆਈ ਆ, ਆਹ ਦੇਖੋ ਐਸ ਕੇ ਦੀ ਆ ਇਹ ਮਲਾਈ ਕੋਟਨ। ਇੰਨਾ ਮਲਾਈ, ਬਟਰ, ਮੱਖਣ ਜੋ ਮਰਜ਼ੀ ਕਹਿ ਲਓ, ਇੰਨਾ ਸੋਫਟ ਸਟਾਫ ਆ, ਜਾਣੀ ਕਿ ਵੀਅਰ ਕੀਤੇ ਦਾ ਪਤਾ ਨਹੀਂ ਲੱਗਣਾ। ਪ੍ਰਿੰਟਿੰਗ ਦੇ ਵਿੱਚ ਟੱਚ ਪਤਾ ਕਿਵੇਂ ਆ, ਜਿਵੇਂ ਦੇਖਣ ਨੂੰ ਅਗਲਾ ਐਂ ਕਹੂਗਾ ਵੀ ਕੋਈ ਤੁਸੀਂ ਮਸਲੀਨ ਦਾ ਜਾਂ ਸਿਲਕ ਦਾ ਸੂਟ ਪਾਇਆ। ਇੰਨੀ ਸੋਹਣੀ ਫੀਲ ਆ, ਇੰਨੀ ਸੋਹਣੀ ਸ਼ਾਈਨਿੰਗ ਆ, ਪਰ ਜਿਹੜੀ ਆਪਣੀ ਸਕਿਨ ਨੂੰ ਫੀਲ ਆਉਣੀ ਆ, ਪਿਓਰ ਕੋਟਨ 100% ਕੋਟਨ ਆ। ਬਹੁਤ ਸਾਰੀ ਸਟੈਂਪਿੰਗ ਮੈਂ ਤੁਹਾਨੂੰ ਦਿਖਾ ਰਹੀ ਹਾਂ, ਦੇਖੋ ਪ੍ਰਿੰਟਿੰਗ ਬਹੁਤ ਸੋਹਣੀ ਆਈ ਹੈ ਇਹਦੇ ਵਿੱਚ। ਇਹ ਹੈਗਾ ਸੂਟ ਜਿਹੜਾ ਕਿ ਮੇਰਾ ਸਟਿਚ ਹੋ ਕੇ ਆਉਣਾ ਵਾ। ਇਹਦੇ ਨਾਲ ਦੁਪੱਟਾ ਰੈਡੀ ਹੋਇਆ ਇਸ ਤਰ੍ਹਾਂ, ਦੁਪੱਟੇ ਦੀ ਹਜੇ ਫਿਨਿਸ਼ਿੰਗ ਹੋਣੀ ਆ। ਇਸ ਤਰ੍ਹਾਂ ਅਸੀਂ ਟਾਈਡਾਈ ਦੁਪੱਟਾ ਰੈਡੀ ਕਰਵਾਇਆ ਵਾ। ਇਹ ਜਿਹੜੇ ਅੱਜ ਕੱਲ੍ਹ ਲਾਈਨਿੰਗ ਦਾ ਦੁਪੱਟਾ ਚੱਲ ਰਿਹਾ ਵਾ, ਲਾਈਨਾਂ ਵਾਲਾ ਮਸਲੀਨ ਦਾ ਦੁਪੱਟਾ, ਇੰਨਾ ਜ਼ਿਆਦਾ ਸੋਫਟ ਆ, ਜਿਵੇਂ ਮਰਜ਼ੀ ਬਾਹਰ ਅੰਦਰ ਨੂੰ ਵੀ ਪੂਰਾ ਗ੍ਰੇਸਫੁੱਲ ਆ। ਜੇ ਤੁਸੀਂ ਘਰੇ ਵੀਅਰ ਕਰਨਾ ਤਾਂ ਵੀ ਪੂਰਾ ਵਧੀਆ, ਅਤੇ ਕੋਈ ਇਹ 'ਚ ਆਏ ਨਹੀਂ ਹੈਗਾ ਇਕੱਠਾ ਹੋ ਜੂ, ਸਿਰ 'ਤੇ ਨਹੀਂ ਰੁਕੂ। ਬਹੁਤ ਸੋਹਣਾ ਇਹ ਲਾਈਨਿੰਗ ਮਸਲੀਨ ਜਿਹੜੀ ਚੱਲ ਰਹੀ ਆ ਅੱਜ ਕੱਲ੍ਹ, ਬਹੁਤ ਟ੍ਰੈਂਡ ਦੇ ਉੱਪਰ ਇਹਦੇ ਸੂਟ ਵੀ ਆ ਰਹੇ ਨੇ, ਬਹੁਤ ਸੋਹਣੀ ਆ। ਅਤੇ ਉਹਦਾ ਅਸੀਂ ਇਹ ਦੁਪੱਟਾ ਰੈਡੀ ਕਰਵਾਇਆ, ਦੇਖੋ ਇਹਦੇ ਨਾਲ ਇਹਦਾ ਸੇਮ ਕੰਬੀਨੇਸ਼ਨ, ਸਕਿਨ ਟਾਈਡਾਈ, ਹੋਰ ਕੋਈ ਕਲਰ ਪਾਉਣਾ ਉਹ ਵੀ ਪੈ ਜੂਗਾ, ਬਟ ਸਾਨੂੰ ਇਹ ਵਾਲਾ ਸੋਹਣਾ ਲੱਗਿਆ। ਇਸ ਤਰ੍ਹਾਂ ਇਹਦਾ ਦੁਪੱਟਾ ਰੈਡੀ ਹੋਇਆ ਇਹ ਵਾਲੇ ਸੂਟ ਦਾ। ਅਤੇ ਇਹ ਹੈਗੀ ਇਹਦੀ ਪ੍ਰਿੰਟਿੰਗ ਲਾਈਨਿੰਗ ਵਾਲੀ। ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਦੀ ਹਾਂ। ਜਿਹੜੀਆਂ ਵੀ ਭੈਣਾਂ ਨੇ ਵਿਦ ਦੁਪੱਟਾ ਲੈਣਾ ਹੋਇਆ, ਵਿਦ ਦੁਪੱਟਾ ਵੀ ਮਿਲ ਜੂਗਾ, ਵਿਦਆਊਟ ਦੁਪੱਟਾ ਲੈਣਾ ਵਿਦਆਊਟ ਵੀ। ਇਹ ਦੁਪੱਟੇ ਤੋਂ ਬਿਨਾਂ ਤੁਸੀਂ ਕੋਈ ਪਿਓਰ ਦਾ, ਚਨੂਨ ਦਾ, ਕਿਸੇ ਵੀ ਤਰ੍ਹਾਂ ਦਾ ਦੁਪੱਟਾ ਹਨਾ ਲੈਣਾ ਚਾਹੁੰਦੇ ਹੋ, ਉੱਦਾਂ ਦਾ ਵੀ ਤੁਹਾਨੂੰ ਮਿਲ ਜੂਗਾ। ਇਹ ਨਹੀਂ ਹੈਗਾ ਵੀ ਤੁਸੀਂ ਇਹੀ ਲਾਉਣਾ, ਪਰ ਇਹ ਨਿਊ ਆਇਆ ਵਾ, ਜਾਣੀ ਕਿ ਇਹ ਲੇਟੈਸਟ ਆ। ਬਹੁਤ ਸੋਹਣਾ ਲੱਗਦਾ ਇਹ ਵਾਲੇ ਸੂਟਾਂ ਦੇ ਨਾਲ। ਹਲੋ ਇਹ ਹੈਗਾ ਜੀ ਬਲੈਕ ਕਲਰ, ਸਾਰਾ ਲਾਈਨਿੰਗ ਵਾਲਾ ਪ੍ਰਿੰਟ ਰਹੂਗਾ, ਬਲੈਕ ਕਲਰ ਐਸ ਕੇ ਦੀ ਆ ਇਹ ਮਲਾਈ ਕੋਟਨ, ਬਹੁਤ ਹੀ ਵਧੀਆ ਸੁਪੀਰੀਅਰ। ਸਾਰੀ ਕਿਤੇ ਸਾਰੀ ਇਸ ਤਰ੍ਹਾਂ ਟੈਗਿੰਗ ਮਿਲੂਗੀ, ਸਾਰੇ ਬ੍ਰਾਂਡ ਦੀ, ਸਾਰੇ ਸਟਾਫ ਦੀ, 100% ਕੋਟਨ ਆ। ਆਹ ਦੇਖੋ ਉਹਨਾਂ ਨੇ ਲਿਖਿਆ ਹੋਇਆ ਪੂਰਾ ਪ੍ਰੋਪਰ, 1% ਵੀ ਸਿੰਥੈਟਿਕ ਨਹੀਂ ਪਰ ਪਾਇਆ ਹੋਇਆ। ਜਦੋਂ ਕੋਈ ਦੂਰੋਂ ਦੇਖੂਗਾ ਤਾਂ ਕਹੂਗਾ ਤੁਸੀਂ ਕੋਈ ਸਿੰਥੈਟਿਕ ਵੇਸ ਪਾਇਆ ਜਾਂ ਕੋਈ ਸਿਲਕ ਪਾਈ ਹੋਈ ਆ, ਪਰ ਇੰਨੇ ਸੋਹਣੇ ਗ੍ਰੇਸਫੁੱਲ ਸੂਟ ਨੇ ਇਹ। ਇਹ ਤਾਂ ਤੁਹਾਡੇ ਕੋਲੇ ਜਦੋਂ ਆਉਣੇ ਨੇ ਤੁਹਾਨੂੰ ਉਦੋਂ ਹੀ ਪਤਾ ਲੱਗਣਾ ਵੀ ਕੀ ਚੀਜ਼ ਆ ਇਹ। ਮੈਂ ਤਾਂ ਸਿਰਫ ਇੱਕ ਬੋਲ ਕੇ ਦੱਸ ਸਕਦੀ ਹਾਂ ਤੁਹਾਨੂੰ, ਬਾਕੀ ਤਾਂ ਤੁਸੀਂ ਫੀਲ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਆਉਣੇ ਨੇ। ਇਹਦੇ ਵਿੱਚ ਨੈਕਸਟ ਕਲਰ ਮਿਲੂਗਾ ਬਲੂ ਸ਼ੇਡ, ਕਿਤੋਂ ਨਹੀਂ ਆਏ, ਕਿਤੇ ਨਾ ਹੀ ਇਹ ਪ੍ਰਿੰਟ ਆਏ ਨੇ। ਜਿੱਥੇ ਮਰਜ਼ੀ ਜਿੰਨੀਆਂ ਮਰਜ਼ੀ ਵੀਡੀਓ ਦੇਖ ਲਿਓ, ਕਿਸੇ ਕੋਲੇ ਹਜੇ ਇਹ ਪ੍ਰਿੰਟ ਨਹੀਂ ਮਿਲਣੇ ਹੈਗੇ। ਬਹੁਤ ਸੋਹਣੇ ਲੇਟੈਸਟ ਸਾਰੇ ਆਏ ਨੇ। ਹਲੋ ਬਲੂ ਕਲਰ ਦੇ ਉੱਪਰ ਐਨ ਛਾਂਟ ਕੇ ਲੈ ਕੇ ਆਉਂਦੇ ਨੇ, ਤੇ ਜਮਾਂ ਹੀ ਹਜੇ ਨਿਊ ਨੇ, ਜਿਹੜੇ ਮਾਰਕੀਟ 'ਚ ਹਜੇ ਉਤਰੇ ਨਹੀਂ ਹੈਗੇ, ਤੇ ਸਿੱਧੇ ਅਸੀਂ ਕੰਪਨੀ ਕੋਲੋਂ ਹੀ ਇਹ ਲਏ ਨੇ। ਤੇ ਜਾਣੀ ਕਿ ਜਾਨੂੰ ਇਹ ਆਉਣੇ ਨੇ, ਜਾਨੂੰ ਆਪਣੀ ਵੀਡੀਓ ਆ ਚੁੱਕੀ ਹੋਣੀ ਹੈ, ਜਾਣੀ ਕਿ ਫੇਰ ਵੀ ਤੁਹਾਨੂੰ ਹਜੇ ਛੇਤੀ ਇਹ ਮਾਰਕੀਟ 'ਚੋਂ ਨਹੀਂ ਮਿਲਣੇ। ਪਰ ਬਹੁਤ ਰੇਂਜਾਂ ਬਹੁਤ ਉੱਚੀਆਂ ਆ ਰਹੀਆਂ ਨੇ ਇਹਨਾਂ ਦੀਆਂ, ਪਰ ਫੇਰ ਵੀ ਅਸੀਂ 1250 ਦੇ ਵਿੱਚ ਹੀ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਤੇ ਕਿਉਂਕਿ ਆਪਾਂ ਰੀਜ਼ਨੇਬਲ ਪ੍ਰਾਈਜ਼ ਦੇ ਵਿੱਚ ਹੀ ਹਮੇਸ਼ਾ ਕੋਸ਼ਿਸ਼ ਕਰੀਦੀ ਆ ਤੁਹਾਡੇ ਲਈ, ਘੱਟ ਤੋਂ ਘੱਟ ਪ੍ਰਾਈਜ਼ ਦੇ ਨਾਲ ਮੈਂ ਹਰੇਕ ਬ੍ਰਾਂਡ ਤੇ ਹਰ ਤਰ੍ਹਾਂ ਦਾ ਸਟਾਫ ਤੁਹਾਨੂੰ ਪ੍ਰੋਵਾਈਡ ਕਰਵਾ ਸਕਾਂ। ਲਓ ਜੀ, ਜਿਹੜੀ ਸਭ ਤੋਂ ਜ਼ਿਆਦਾ ਹੁਣ ਡਿਮਾਂਡ ਸੀ ਕ੍ਰਸ਼ ਕੋਟਨ, ਇਹ ਹੈਗੀ ਕ੍ਰਸ਼ ਕੋਟਨ। ਇਹ ਵੀ ਐਸ ਕੇ ਬ੍ਰਾਂਡ ਦੀ ਆ, ਦੇਖ ਸਕਦੇ ਹੋ।
ਤੇ ਐਸਕੇ ਬ੍ਰਾਂਡ ਦੇ ਸਭ ਤੋਂ ਉੱਚੇ ਪ੍ਰਾਈਜ਼ ਨੇ ਜੀ। ਇਹ ਤੋਂ ਉੱਪਰ ਫਿਰ ਪਿਸਟਾ ਆ ਜਾਂਦਾ, ਉਹ ਤਾਂ ਹੱਦ ਤੋਂ ਵੱਧ ਹੀ ਉੱਚੇ ਨੇ, ਯਾਨੀ ਕਿ ਐਸਕੇ ਦੇ ਸਭ ਤੋਂ ਉੱਪਰ ਪ੍ਰਾਈਜ਼ ਚੱਲ ਰਹੇ ਨੇ ਇਸ ਟਾਈਮ। ਹੈਲੋ ਦੇਖੋ ਕਿੰਨਾ ਸੋਹਣਾ ਕਲਰ ਹੈ, ਇਹਦੇ ਨਾਲ ਜਿਹੜੀ ਬੋਟਮ ਆਊਗੀ ਉਹ ਆਊਗੀ ਜੀ ਪਲੇਨ, ਇਹਦੇ ਨਾਲ ਪਲੇਨ ਬੋਟਮ ਆਊਗੀ, ਬਹੁਤ ਸੋਹਣੀ ਬੋਟਮ ਆ। ਨਾਲ ਆ ਹੋਊਗੀ ਇਹਦੀ ਸ਼ਰਟ, ਕਰਾਸ਼ ਕਾਟਨ ਆ, ਕਰਾਸ਼ ਵਾਲੀ ਸਾਰੀ ਇਹ ਚ ਦੇਖੋ ਉਸੇ ਤਰ੍ਹਾਂ ਫੈਬਰਿਕ, ਸ਼ਾਇਦ ਤੁਹਾਨੂੰ ਨੇੜਿਓ ਮੈਂ ਦਿਖਾ ਸਕਾਂ ਤੇ ਸ਼ਾਇਦ ਜੇ ਕੈਮਰਾ ਕੈਪਚਰ ਕਰਦਾ, ਇਹ ਕਰਾਸ਼ ਵਾਂਗੂ ਨਾ ਬਲ ਜੇ ਪੈਂਦੇ ਨੇ, ਮਤਲਬ ਕਿ ਕੱਪੜਾ ਵੈਸੇ ਬਲ ਇਕੱਠਾ ਨਹੀਂ ਹੁੰਦਾ, ਕੁਛ ਵੀ ਨਹੀਂ, ਬਸ ਇੱਕ ਐਂ ਲੱਗਦਾ ਵੀ ਜਿਵੇਂ ਪ੍ਰੈਸ ਨਹੀਂ ਹੋਈ ਹੁੰਦੀ, ਇਕੱਠੇ ਜੇ ਹੋਇਆ ਹੁੰਦਾ। ਇਹ ਨਿਊ ਫੈਬਰਿਕ ਆ ਜਿਹੜਾ ਕਿ ਹੁਣ ਫੁੱਲ ਆਨ, ਯਾਨੀ ਕਿ ਮਾਰਕੀਟ ਦੇ ਵਿੱਚ ਪੂਰੀਆਂ ਧਮਾਲਾਂ ਪਾ ਰਿਹਾ, ਉਹ ਵਾਲਾ ਫੈਬਰਿਕ ਆ ਕਰਾਸ਼ ਕਾਟਨ, ਹਰ ਕਿਤੇ ਤੁਹਾਨੂੰ ਸੁਣਨ ਨੂੰ ਮਿਲਦਾ। ਬਹੁਤ ਜ਼ਿਆਦਾ ਬ੍ਰਾਂਡ ਇਹਨੂੰ ਬਣਾ ਰਹੇ ਨੇ, ਪਰ ਜਿੰਨਾ ਤੁਸੀਂ ਵਧੀਆ ਬ੍ਰਾਂਡ ਦੇ ਵਿੱਚ ਜਾਓਗੇ, ਜਿਵੇਂ ਕਿ ਹੁਣ ਭੈਣਾਂ ਪਤਾ ਹੀ ਆ ਤੁਹਾਨੂੰ ਵੀ ਜਿੰਨਾ ਆਪਾਂ ਵੱਧ ਗੁੜ ਪਾਵਾਂਗੇ ਉਨਾ ਮਿੱਠਾ ਹੋਊਗਾ, ਉਹ ਗੱਲ ਆ ਜੀ। ਜਿੰਨੀ ਵਧੀਆ ਬ੍ਰਾਂਡਿੰਗ ਦੇ ਵਿੱਚ ਜਾਓਗੇ, ਉਨਾ ਵਧੀਆ ਸਟਾਫ, ਉਨੀ ਵਧੀਆ ਸਾਰੀ ਚੀਜ਼ ਮਿਲੂਗੀ ਆਪਾਂ ਨੂੰ। ਤੇ ਇਹ ਵੀ ਸੇਮ ਪ੍ਰਾਈਸ ਦੇ ਵਿੱਚ ਹੀ ਮੈਂ ਲੈ ਕੇ ਆਈ ਹਾਂ, ਕਰਾਸ਼ ਕਾਟਨ ਆ, ਇਹਦੇ ਵਿੱਚ ਹਜੇ ਆਪਣੇ ਕੋਲ ਇੱਕੋ ਹੀ ਸੈੱਟ ਆਇਆ ਵਾ, ਇਹਦਾ ਸੈਕਿੰਡ ਕਲਰ ਆਇਆ ਜੀ ਆਹ ਵਾਲਾ, ਪਰਪਲ ਲਵੈਂਡਰ ਜਿਹਾ ਸ਼ੇਡ ਆ ਇਹ, ਇਹ ਵੀ ਕਲਰ ਸੋਹਣਾ, ਦੋਨੇ ਕਲਰ ਪੂਰੇ ਬੈਸਟ ਆਏ ਨੇ ਇਹਦੇ। ਤੀਜਾ ਕਲਰ ਆਇਆ ਬਲੈਕ, ਉਹਦੀ ਪ੍ਰਿੰਟਿੰਗ ਇਹਦੇ ਨਾਲੋਂ ਹਟ ਕੇ ਆ। ਹਲੋ ਅਗਲਾ ਕਲਰ ਹੈਗਾ ਇਹਦਾ ਬਲੈਕ, ਪ੍ਰਿੰਟਿੰਗ ਚੈੱਕ ਕਰੋ, ਬਹੁਤ ਸੋਹਣੀ ਪ੍ਰਿੰਟਿੰਗ ਆ, ਤੇ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ। ਦੁਪੱਟੇ ਮੈਂ ਤੁਹਾਨੂੰ ਦੱਸੀ ਜਾ ਰਹੀ ਹਾਂ, ਜੇ ਭੈਣ ਨੇ ਸਟਿਚਿੰਗ ਵੀ ਕਰਵਾਉਣੀ ਆ, ਸਟਿਚ ਕਰਵਾ ਕੇ ਵੀ ਲੈ ਸਕਦੇ ਹੋ, ਕਲਰ ਦੁਪੱਟਾ ਲਵਾ ਕੇ ਹੈ ਨਾ ਉਹਦੀ ਫਿਨਿਸ਼ਿੰਗ ਕਰਵਾ ਕੇ ਵੀ ਡਾਈ ਕਰਕੇ ਭੈਣੇ ਫਿਨਿਸ਼ਿੰਗ ਕਰਕੇ ਭੇਜ ਦਿਓ ਤਾਂ ਉਵੇਂ ਵੀ ਭੇਜ ਦਾਂਗੇ, ਨਹੀਂ ਤਾਂ ਕੱਲਾ ਵਾਈਟ ਦੁਪੱਟਾ ਤੁਸੀਂ ਆਪ ਡਾਈ ਕਰਵਾਉਣਾ ਉੱਦਾਂ ਵੀ ਭੇਜ ਦਾਂਗੇ, ਜਿਵੇਂ ਤੁਹਾਨੂੰ ਸਹੀ ਲੱਗਦਾ ਉਵੇਂ ਤੁਸੀਂ ਕਰ ਸਕਦੇ ਹੋ। ਵਿਦਆਊਟ ਦੁਪੱਟਾ ਤਾਂ ਅਸੀਂ ਦੇ ਹੀ ਰਹੇ ਹਾਂ, ਉਹ ਤਾਂ ਜਿਵੇਂ ਮਰਜ਼ੀ ਤੁਸੀਂ ਮੰਗਵਾਈ ਸਕਦੇ ਹੋ। ਇਹਦੇ ਨਾਲ ਵੀ ਸੇਮ ਪਲੇਨ ਆਊਗੀ ਜੀ ਬੋਟਮ, ਪਲੇਨ ਬੋਟਮ ਆ, ਬਹੁਤ ਸੋਹਣਾ ਪ੍ਰਿੰਟ ਆ, ਬਹੁਤ ਸੋਹਣੇ ਸਰਦਾਰੀ ਲੁੱਕ ਆ ਸਾਰੇ ਪ੍ਰਿੰਟਾਂ ਦੀ, ਕੋਈ ਵੀ ਆਏ ਨਹੀਂ ਹੈਗਾ ਵੀ ਕੋਈ ਪ੍ਰਿੰਟਿੰਗ ਮਿਸ ਆ ਜਾਂ ਪਤਾ ਨਹੀਂ ਲੱਗ ਰਿਹਾ ਕੀ ਪ੍ਰਿੰਟਿੰਗ ਆ, ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਇਹ ਆਏ ਨੇ। ਅਗਲਾ ਕਲਰ ਮਿਲੂਗਾ ਜੀ ਬਲੈਕ, ਇਹ ਅਲੱਗ ਤੋਂ ਪ੍ਰਿੰਟਿੰਗ ਆ, ਕੱਲਾ ਬਲੈਕ ਸਿੰਗਲ ਆ, ਇਹ ਵੀ ਕਰਸ਼ ਆ, ਇਹਦੀ ਫੀਲ ਬਿਲਕੁਲ ਆਏ ਜਮਾ ਹੀ ਕਾਟਨ ਆ, ਬਟ ਐ ਲੱਗਦਾ ਜਿਵੇਂ ਚਨੂਨ ਹੁੰਦੀ ਆ, ਜਿਵੇਂ ਪਿਓਰ ਚਨੂਨ ਨਹੀਂ ਹੁੰਦੀ ਉਦਾਂ ਦੀ ਇਹਦੀ ਫੀਲ ਆ, ਤੇ ਬਹੁਤ ਸੋਹਣਾ ਦੇਖੋ ਪ੍ਰਿੰਟ ਆ। ਬਲੈਕ ਕਲਰ ਤਾਂ ਵੈਸੇ ਹੀ ਹਰ ਕਿਸੇ ਦਾ ਫੇਵਰੇਟ ਹੁੰਦਾ ਵਾ, ਇਹ ਹੈਗੀ ਬਲੈਕ ਕਲਰ ਦੇ ਉੱਪਰ, ਨਾਲ ਇਹਦੇ ਸੇਮ ਬਲੈਕ ਕਲਰ ਦੀ ਆਊਗੀ ਜੀ ਪਲੇਨ ਬੋਟਮ, ਪਲੇਨ ਆਊਗੀ ਬੋਟਮ ਇਹਦੇ ਨਾਲ ਬਲੈਕ ਕਲਰ ਦੀ, ਬੋਟਮ ਦੀ ਕੱਟ ਢਾਈ ਤੋਂ ਥੋੜੀ ਜਿਹੀ ਪਲੱਸ ਹੁੰਦੀ ਆ, ਤੇ ਨਹੀਂ ਢਾਈ ਤਾਂ ਆਮ ਨੋਰਮਲ ਹੁੰਦੀ ਆ, ਪਰ ਬ੍ਰਾਂਡ ਦੇ ਵਿੱਚ ਥੋੜੀ ਜਿਹੀ ਪਲੱਸ ਹੋ ਜਾਂਦੀ ਆ ਜੀ। ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ, ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ, ਕਿਉਂਕਿ ਮੈਂ ਆਪਦੇ ਜਾਣੀ ਪੂਰੀ ਸੁਪਰ ਹੈਟ ਕਲੈਕਸ਼ਨ ਲੈ ਕੇ ਆਈ ਹਾਂ। ਬਹੁਤ ਟਾਈਮ ਹੋ ਗਿਆ ਸੀ ਭੈਣਾਂ ਜਿਹੜੇ ਮੈਸੇਜ ਕਰਦੀਆਂ ਸੀ ਜਾਂ ਕਈਆਂ ਨੇ ਤਾਂ ਕਾਲ ਵੀ ਕੀਤੀ ਆ ਇਹ ਵਾਲੀਆਂ ਬ੍ਰਾਂਡ ਦੀਆਂ ਚੀਜ਼ਾਂ ਨੂੰ ਲਿਆਉਣ ਲਈ, ਤਾਂ ਉਹਨਾਂ ਨੂੰ ਮੈਂ ਰੋਕ ਦਿੰਦੀ ਸੀ ਵੀ ਹਾਂਜੀ ਦੀਦੀ ਬਹੁਤ ਜਲਦ ਲੈ ਕੇ ਆ ਰਹੇ ਹਾਂ, ਤੇ ਅੱਜ ਆਪਣੇ ਕੋਲ ਸਾਰੀਆਂ ਕਲੈਕਸ਼ਨ ਆ ਚੁੱਕੀਆਂ ਨੇ। ਬਸ ਹੁਣ ਤੁਸੀਂ ਕੀ ਕਰਨਾ, ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈਣਾ ਤੇ ਵਟਸਐਪ ਤੇ ਆਰਡਰ ਕਰ ਦੇਣਾ, ਤਾਂ ਕਿ ਜਲਦੀ ਜਲਦੀ ਇਹ ਸੂਟ ਤੁਹਾਡੇ ਤੱਕ ਪਹੁੰਚ ਸਕਣ, ਤੇ ਜਿਹੜੀਆਂ ਵੀ ਆਪਾਂ ਆਪਣੀਆਂ ਭੈਣਾਂ ਨੂੰ ਹਨਾ
ਜਾਂ ਆਪਣੀਆਂ ਕੁੜੀਆਂ ਨੂੰ ਕਿਸੇ ਨੇ ਵੀ ਸੂਟ ਆਪਾਂ ਸੰਧਾਰਿਆਂ 'ਚ ਗਿਫਟ ਕਰਨੇ ਆ ਤਾਂ ਇਹ ਤੋਂ ਬੈਸਟ ਕੁਆਲਿਟੀ ਕੋਈ ਨਹੀਂ ਹੈਗੀ, ਤਾਂ ਉਹਨਾਂ ਨੂੰ ਵੀ ਪਤਾ ਲੱਗੇ ਹੈ ਨਾ ਤੁਸੀਂ ਅਲੱਗ ਜਿਹੀ ਲੁੱਕ ਦੇ ਉਹਨਾਂ ਲਈ ਸੂਟ ਰੈਡੀ ਕਰਵਾ ਕੇ ਦੇ ਰਹੇ ਹੋ। ਤਾਂ ਬਹੁਤ ਸੋਹਣੀ ਕਲੈਕਸ਼ਨ ਆ, ਬਾਕੀ ਆਮ ਕਲੈਕਸ਼ਨਾਂ ਤਾਂ ਆਪਣੇ ਕੋਲ ਚੱਲ ਹੀ ਰਹੀਆਂ ਨੇ, ਪਿਓਰ ਦੁਪੱਟਾ, ਮਸਲੀਨ ਦੁਪੱਟਾ, ਉਹ ਸਾਰੀ ਕਲੈਕਸ਼ਨ ਦਾ ਜੋ ਮਾਰਕੀਟ 'ਚ ਚੱਲਦੀ ਹੈ ਚੱਲ ਹੀ ਰਹੀ ਹੈ। ਸਭ ਤੋਂ ਅਲੱਗ ਜਿਹੀ ਕਲੈਕਸ਼ਨ ਆਪਾਂ ਲੈ ਕੇ ਆਏ ਸੀ। ਚਲੋ ਜੀ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ। ਮਿਲਦੇ ਹਾਂ ਨਵੀਂ ਇੱਕ ਹੋਰ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ। ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ।